ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਇੱਕ ਛੋਟੀ ਬੱਚੀ ਦੀ ਕਹਾਣੀ ਹੈ। ਛੋਟੀ ਜਿਹੀ ਬੱਚੀ ਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਕੇ ਮਿਲੇ ਤਾਂ ਹੋਇਆ ਸੀ ਵੱਡਾ ਚਮਤਕਾਰ। ਅਤੇ ਕੁਝ ਕੁ ਜਿਹੜੀਆਂ ਬੇਨਤੀਆਂ ਨੇ ਆਪਾਂ ਸਾਂਝੀਆਂ ਕਰਨੀਆਂ ਨੇ ਇਸ ਵਿਸ਼ੇ 'ਤੇ। ਅਤੇ ਆ ਫਤਿਹ ਬੁਲਾਓ, ਆਪਾਂ ਆਰੰਭ ਤਾਂ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਵੀ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਚੱਲ ਪੈਂਦੇ ਨੇ। ਬਾਬਾ ਜਰਨੈਲ ਸਿੰਘ ਜੀ ਦੀ ਗੱਲ ਹੁੰਦੇ ਹੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਵੀ ਸ਼ਾਇਦ ਬਾਬਾ ਜਰਨੈਲ ਸਿੰਘ ਜੀ ਨੇੜੇ ਹੀ ਨੇ, ਬਹੁਤ ਨੇੜੇ ਨੇ ਸਾਡੇ। ਸਾਨੂੰ ਲੱਗਦਾ ਨਹੀਂ ਹੈ ਵੀ ਉਹਨਾਂ ਦੀ ਸ਼ਹੀਦੀ ਹੋ ਗਈ, ਪਰ ਅਸੀਂ ਸਮਝਦੇ ਹਾਂ ਉਹ ਸਾਡੇ ਦਿਲਾਂ 'ਚ ਵੱਸਦੇ ਨੇ। ਅੱਜ ਜਦੋਂ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਨਾ ਤਾਂ ਬਾਬਾ ਜਰਨੈਲ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ। ਕਿਹਾ ਜਾਂਦਾ ਕਿ ਉਸ ਜਰਨੈਲ ਦੇ ਹੁੰਦਿਆਂ ਕਿਸੇ ਦੀ ਹਿੰਮਤ ਨਹੀਂ ਹੋਈ ਸੀ ਕਿ ਕਿਸੇ ਨਾਲ ਧੱਕਾ ਹੋ ਜਾਵੇ, ਪਰ ਅਸਲ ਦੇ ਵਿੱਚ ਅੱਜ ਹੋ ਰਿਹਾ ਸਾਡੇ ਨਾਲ। ਮੈਂ ਬੇਨਤੀ ਕਰਦਾ, ਅੱਜ ਧਰਨੇ ਲਾਉਂਦੇ ਫਿਰਦੇ ਹਾਂ, ਦਿੱਲੀ ਧਰਨਾ ਲਾਇਆ, ਚੰਡੀਗੜ੍ਹ ਧਰਨਾ ਲਾਇਆ, ਬਥੇਰੇ ਧਰਨੇ ਲਾਏ ਅਸੀਂ 1984 ਤੋਂ ਬਾਅਦ। ਆਪਣੇ ਹੱਕ ਲੈਣ ਦੇ ਲਈ ਧਰਨੇ ਲਾਏ, ਸਾਨੂੰ ਮੰਗ 'ਤੇ ਬਣਾ ਦਿੱਤਾ ਸਰਕਾਰਾਂ ਨੇ, ਪਰ ਅਨੰਦਪੁਰ ਦਾ ਮਤਾ ਜਿਹੜਾ ਸੀ, ਅਨੰਦਪੁਰ ਦੇ ਮਤੇ ਦੇ ਵਿੱਚ ਮੰਗਾਂ ਰੱਖੀਆਂ ਗਈਆਂ ਸੀ, ਉਹ ਮੰਗਾਂ ਅੱਜ ਦੇ ਸਮੇਂ ਦੇ ਢੁੱਕਦੀਆਂ ਸੀ। ਅੱਜ ਸਾਨੂੰ ਧਰਨੇ ਨਾ ਲਾਉਣੇ ਪੈਂਦੇ, ਹੱਕ ਨਾ ਮੰਗਣੇ ਪੈਂਦੇ ਜੇ ਉਹ ਗੱਲਾਂ ਅਸੀਂ ਉਦੋਂ ਮੰਨ ਲੈਂਦੇ, ਪਰ ਸਾਡੇ ਵਿੱਚੋਂ ਕਈ ਲੋਕਾਂ ਨੇ ਗੱਦਾਰੀਆਂ ਕੀਤੀਆਂ। ਬਾਬਾ ਜਰਨੈਲ ਸਿੰਘ ਜੀ ਦਾ ਸਾਥ ਦੇਣ ਦੀ ਬਜਾਏ ਮੁਖਬਰੀਆਂ ਕੀਤੀਆਂ, ਸਰਕਾਰ ਦੇ ਨਾਲ ਸੰਧੀਆਂ ਰੱਖੀਆਂ, ਅਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੀ ਆਵਾਜ਼ ਨੂੰ ਨਹੀਂ ਪਹਿਚਾਣਿਆ। ਆਪਣੀਆਂ ਲੀਡਰੀਆਂ ਚਮਕਾਉਣ ਦੇ ਲਈ ਬਾਬਾ ਜਰਨੈਲ ਸਿੰਘ ਜੀ ਦਾ ਘਾਣ ਕਰਵਾਇਆ ਅਤੇ ਬਾਬਾ ਜਰਨੈਲ ਸਿੰਘ ਜੀ ਨੂੰ ਖਤਮ ਕਰਵਾਇਆ, ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ। ਔਰ ਲੱਖਾਂ ਹੀ ਸੰਗਤਾਂ ਦੇ ਕਤਲ ਕਰਵਾਏ ਗਏ ਉਹਨਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਨੇ ਸ਼ਹਾਦਤ ਨੂੰ ਰੋਲਿਆ ਅਤੇ ਆਪਣੀ ਜਿਹੜੀ ਸੀ ਪੋਲੀਟਿਕਸ ਨੂੰ ਚਮਕਾਉਣ ਦੇ ਲਈ ਉਹਨਾਂ ਲੋਕਾਂ ਨੇ ਇਹ ਕਹਿਰ ਕਮਾਏ। ਬਹੁਤ ਵੱਡੇ ਪੱਧਰ 'ਤੇ ਇਹ ਕਾਂਡ ਹੋਇਆ ਸੀ, ਸੋਚੀ ਸਮਝੀ ਸਾਜ਼ਿਸ਼ ਸੀ। ਤੁਹਾਨੂੰ ਦੱਸਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਪੁਰਬ ਚੁਣਿਆ ਗਿਆ ਕਿਉਂਕਿ ਸੰਗਤ ਵੱਡੀ ਗਿਣਤੀ ਵਿੱਚ ਆਊਗੀ, ਅਤੇ ਦੂਸਰੀ ਗੱਲ ਬਾਬਾ ਜਰਨੈਲ ਸਿੰਘ ਜੀ ਨੂੰ ਜਿੱਥੇ ਮਰਜ਼ੀ ਘੇਰ ਸਕਦੇ ਸੀ, ਪਰ ਦਰਬਾਰ ਸਾਹਿਬ ਬੈਠਿਆਂ ਨੂੰ ਕਿਉਂ ਘੇਰਿਆ ਇਹ ਨਸਲਕੁਸ਼ੀ? ਜਿਹੜੇ ਕਹਿੰਦੇ ਨਾ ਬਾਬਾ ਜਰਨੈਲ ਸਿੰਘ ਜੀ ਕਰਕੇ ਉੱਥੇ ਨੁਕਸਾਨ ਹੋ ਗਿਆ ਜੀ, ਸਿੱਖ ਸੰਗਤਾਂ ਮਾਰੀਆਂ ਗਈਆਂ, ਨਹੀਂ, ਜਿਹੜੇ ਪੰਜਾਬ ਦੇ 42 ਗੁਰਦੁਆਰੇ ਹੋਰ ਸੀ ਉਹਨਾਂ ਵਿੱਚ ਬਾਬਾ ਜਰਨੈਲ ਸਿੰਘ ਜੀ ਨਹੀਂ ਸੀ ਬੈਠੇ, ਅਤੇ ਫਿਰ ਉਹਨਾਂ ਵਿੱਚ ਸਿੱਖ ਸੰਗਤਾਂ ਦਾ ਘਾਣ ਕਿਉਂ ਕੀਤਾ ਗਿਆ? ਸੋਚ ਕੇ ਦੱਸੋ, ਬਾਬਾ ਜਰਨੈਲ ਸਿੰਘ ਜੀ ਕਰਕੇ ਨਹੀਂ ਹੋਇਆ। ਇਹਨਾਂ ਲੋਕਾਂ ਨੇ ਚਿੱਠੀਆਂ ਲਿਖੀਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ, ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਕਿ ਦਰਬਾਰ ਸਾਹਿਬ 'ਤੇ ਹਮਲਾ ਕਰ ਦਿਓ, ਤੁਹਾਨੂੰ ਕੋਈ ਨਹੀਂ ਰੋਕੇਗਾ, ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ ਅੰਦਰ ਖਾਤੇ। ਅੱਜ ਉਹ ਚਿੱਠੀਆਂ ਵੀ ਲੀਕ ਆਊਟ ਹੁੰਦੀਆਂ ਪਈਆਂ ਨੇ। ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬਾਬਾ ਜਰਨੈਲ ਸਿੰਘ ਜੀ ਦਾ ਜਿਨ੍ਹਾਂ ਨੇ ਦਿਦਾਰਾ ਕੀਤਾ, ਅੱਜ ਉਹ ਕੁਝ ਬੀਬੀਆਂ, ਕੁਝ ਬਜ਼ੁਰਗ ਜਿਹੜੇ ਨੇ ਦੱਸਦੇ ਨੇ, ਕੋਈ ਬਹੁਤੇ ਸਾਲ ਨਹੀਂ ਹੋਏ, ਹਜੇ 38 ਕੁ ਸਾਲ ਹੋਏ ਨੇ, ਅਜੇ ਟੋਟਲ 38 ਸਾਲ ਹੋਏ ਨੇ, 38 ਸਾਲ ਕੋਈ ਬਹੁਤੇ ਜ਼ਿਆਦਾ ਨਹੀਂ ਹੁੰਦੇ, ਅਤੇ ਸਾਡੇ ਬਾਪੂਆਂ ਨੇ ਦਰਸ਼ਨ ਕੀਤੇ ਹੋਏ ਨੇ ਬਾਬਾ ਜਰਨੈਲ ਸਿੰਘ ਜੀ ਦੇ। ਦੱਸਦੇ ਨੇ ਕਹਿੰਦੇ ਅੱਖਾਂ ਵਿੱਚ ਅੱਖ ਨਹੀਂ ਸੀ ਪਾ ਕੇ ਤੱਕਿਆ ਜਾਂਦਾ, ਵੇਖ ਨਹੀਂ ਸੀ ਸਕਦੇ, ਚਿਹਰੇ 'ਤੇ ਨੂਰ ਇੰਨਾ ਸੀ, ਇਲਾਹੀ ਨੂਰ ਸੀ, ਬਾਬਾ ਜਰਨੈਲ ਸਿੰਘ ਜੀ ਦੇ ਚਿਹਰੇ ਵੱਲ ਤੱਕਿਆ ਨਹੀਂ ਸੀ ਜਾਂਦਾ। ਪਰ ਕਹਿੰਦੇ ਨੇ
ਸਮੇਂ ਨੇ ਮਾਰ ਦਿੱਤੀ ਬਾਬਾ ਜਰਨੈਲ ਸਿੰਘ ਜੀ ਨਾਲ ਜੋ ਕੁਛ ਹੋਇਆ ਅਤੇ ਉਹ ਸਾਰਾ ਮੈਂ ਬਿਆਨ ਇੱਥੇ ਨਹੀਂ ਕਰ ਸਕਦਾ, ਸਮਾਂ ਬਹੁਤ ਥੋੜ੍ਹਾ, ਕਿਉਂਕਿ ਇੱਕੋ ਜਿਹੜੀ ਮੇਨ ਪੁਆਇੰਟ ਹੈ ਆਪਾਂ ਉਹਦੇ ਨੂੰ ਸਮਝਾ ਕਰਨਾ ਅੱਜ। ਛੋਟੀ ਜਿਹੀ ਬੱਚੀ ਹੈ ਅਤੇ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਛੋਟੀ ਜਿਹੀ ਬੱਚੀ ਹੈ ਜਿਹੜੀ ਬੱਚੀ ਅੱਜ ਵੀ ਬਾਬਾ ਜਰਨੈਲ ਸਿੰਘ ਜੀ ਨੂੰ ਯਾਦ ਕਰਦੀ ਹੈ ਅਤੇ ਪਰਿਵਾਰ ਪੂਰਾ ਸ਼ਰਧਾਲੂ ਹੈ ਅਤੇ ਬਾਬਾ ਜਰਨੈਲ ਸਿੰਘ ਜੀ ਦੀ ਜਿਹੜੀ ਆ ਤਸਵੀਰ ਉਹਨਾਂ ਨੇ ਘਰ ਵਿੱਚ ਲਗਾਈ ਹੋਈ ਹੈ। ਉਹਨੇ ਲਿਖ ਕੇ ਮੈਨੂੰ ਸਾਰਾ ਕੁਝ ਦਿੱਤਾ ਸੀ, ਮੈਂ ਤੁਹਾਨੂੰ ਸੁਣਾ ਦਿਆ। ਉਹਨੇ ਬੀਬੀ ਨੇ ਲਿਖਿਆ, ਕਹਿੰਦੇ ਅਸੀਂ ਆਪਣੇ ਕਮਰੇ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲਾਈ ਹੋਈ ਹੈ। ਮੇਰੀ ਬੇਟੀ ਬ੍ਰਹਮਲੀਨ ਕੌਰ ਅਕਸਰ ਹੀ ਉਹਨਾਂ ਬਾਰੇ ਪੁੱਛਦੀ ਹੈ ਕਿ ਸੰਤ ਜੀ ਰਹਿੰਦੇ ਕਿੱਥੇ ਨੇ, ਮੈਨੂੰ ਦਿਦਾਰਾ ਕਰਾਓ। ਛੋਟੀ ਜਿਹੀ ਬੱਚੀ ਹੈ, ਦੇਖੋ ਗਿਆਨ ਕਿੰਨਾ ਹੈ ਉਸਨੂੰ। ਸਾਡੇ ਬੱਚਿਆਂ ਨੂੰ ਚੌਕਲੇਟ ਕੁਰਕਰਿਆਂ ਦਾ ਪਤਾ ਹੈ, ਪਰ ਉਹ ਬਾਬਾ ਜਰਨੈਲ ਸਿੰਘ ਜੀ ਬਾਰੇ ਪੁੱਛ ਰਹੀ ਹੈ। ਜ਼ਰੂਰ ਉਸ ਬੱਚੀ ਵਿੱਚ ਕੋਈ ਨਾ ਕੋਈ ਤਾਕਤ ਦੇ ਹੋ ਸਕਦਾ, ਪਰਮਾਤਮਾ ਵੱਲੋਂ ਕੋਈ ਅੰਤਰੀ ਵਿਗਿਆਨ ਹੋਵੇ, ਇਹ ਤਾਂ ਰੱਬ ਜਾਣਦਾ, ਪਰ ਬਾਬਾ ਜਰਨੈਲ ਸਿੰਘ ਜੀ ਬਾਰੇ ਜ਼ਰੂਰ ਪੁੱਛਦੀ ਹੈ। ਸੰਤ ਜੀ ਕਿੱਥੇ ਰਹਿੰਦੇ ਨੇ, ਮੈਨੂੰ ਮਿਲਦੇ ਕਿਉਂ ਨਹੀਂ, ਮੈਂ ਮਿਲਣਾ ਸੰਤ ਜੀ ਨੂੰ। ਅਸੀਂ, ਉਹ ਬੀਬੀ ਕਹਿੰਦੀ, ਅਸੀਂ ਉਹਨੂੰ ਟਾਲਾ ਲਾ ਦਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕਿ ਉਹ ਤਾਂ ਦਰਬਾਰ ਸਾਹਿਬ ਰਹਿੰਦੇ ਨੇ, ਅੰਮ੍ਰਿਤਸਰ ਰਹਿੰਦੇ ਨੇ। ਫਿਰ ਕਹੂਗੀ ਕਿ ਮੈਨੂੰ ਮਿਲਵਾ ਕੇ ਲਿਆਓ, ਅਸੀਂ ਕਹਿ ਦਿੰਦੇ ਹਾਂ ਕਿ ਤੂੰ ਜ਼ਿਆਦਾ ਪਾਠ ਕਰੇਂਗੀ ਤਾਂ ਤੈਨੂੰ ਜ਼ਰੂਰ ਮਿਲਣਗੇ। ਬ੍ਰਹਮਲੀਨ ਉਸੇ ਵੇਲੇ ਪਾਠ ਸ਼ੁਰੂ ਕਰ ਦਿੰਦੀ ਹੈ। ਸੰਤਾਂ ਨੂੰ ਮਿਲਣ ਦੀ ਤਾਂਘ ਹੈ ਅੰਦਰ, ਉਸੇ ਵੇਲੇ ਪਾਠ ਕਰਨ ਲੱਗ ਪੈਂਦੀ ਹੈ। ਸਾਡੀਆਂ ਗੱਲਾਂ ਸੁਣ ਸੁਣ ਕੇ ਉਸਨੂੰ ਸਿੰਘਾਂ ਦੇ ਸ਼ਹੀਦ ਹੋਣ ਦੀ ਥੋੜ੍ਹੀ ਥੋੜ੍ਹੀ ਸਮਝ ਤਾਂ ਲੱਗ ਚੁੱਕੀ ਹੈ, ਪਰ ਦਰਅਸਲ ਫਿਰ ਇੱਕ ਦਿਨ ਕਹਿੰਦੀ ਹੈ ਕਿ ਮੰਮੀ ਜੀ, ਸੰਤ ਜੀ ਵੀ ਸ਼ਹੀਦ ਹੋ ਗਏ। ਪਤਾ ਲੱਗ ਗਿਆ ਘਰ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਨੇ ਨਾ, ਅਤੇ 1984 ਦਾ ਜਦੋਂ ਸਾਹਮਣਾ ਹੁੰਦਾ ਹੈ ਅਤੇ ਜਦੋਂ ਗੱਲਾਂ ਚੱਲਦੀਆਂ ਨੇ, ਜੂਨ ਦਾ ਮਹੀਨਾ ਆਉਂਦਾ ਹੈ, ਸੰਤਾਂ ਦੀ ਸ਼ਹੀਦੀ ਬਾਰੇ ਪੁੱਛਿਆ ਕਿ ਮੰਮੀ ਸੰਤ ਵੀ ਸ਼ਹੀਦ ਹੋ ਗਏ ਨੇ। ਦੂਜਿਆਂ ਦੀਆਂ ਸ਼ਹੀਦੀਆਂ ਬਾਰੇ ਤਾਂ ਪਤਾ ਲੱਗ ਗਿਆ, ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਬਾਰੇ ਪੁੱਛਦੀ ਹੈ। ਕਹਿੰਦੀ ਹੈ, ਮੈਂ ਸੋਚਿਆ, ਬਹੁਤ ਸੋਚਿਆ ਵੀ ਜੇ ਇਹਨੂੰ ਦੱਸ ਦਿੱਤਾ ਨਾ ਕਿ ਬਾਬਾ ਜੀ ਦੀ ਸ਼ਹੀਦੀ ਹੋ ਚੁੱਕੀ ਹੈ, ਇਹਦਾ ਦਿਲ ਟੁੱਟ ਜਾਣਾ ਬੱਚੀ ਦਾ, ਇਹ ਨਹੀਂ ਕੰਮ ਕਰਨਾ। ਅਤੇ ਥੋੜ੍ਹਾ ਜਿਹਾ ਸੋਚਿਆ, ਮੈਂ ਸੋਚ ਕੇ ਉਹਨੂੰ ਕਹਿਣ ਲੱਗੀ, ਉਹ ਸ਼ਹੀਦ ਹੋ ਜਾਂਦੇ ਮੈਂ, ਉਹਨੇ ਰੋਣਾ ਸੀ ਜੇ ਦੱਸ ਦਿੰਦੀ ਵੀ ਉਹ ਸ਼ਹੀਦ ਹੋ ਗਏ ਨੇ। ਪਰ ਪਤਾ ਨਹੀਂ ਇੱਥੇ ਝੂਠ ਬੋਲਣਾ ਸਹੀ ਸੀ ਜਾਂ ਗਲਤ ਸੀ, ਪਰ ਜਦ ਤੱਕ ਉਸਨੂੰ ਸ਼ਹਾਦਤ ਦੀ ਸਮਝ ਆਵੇ, ਮੈਂ ਉਸਦੀ ਸੰਤ ਜੀ ਨਾਲ ਮਿਲਣ ਦੀ ਉਮੀਦ ਤੋੜਨਾ ਨਹੀਂ ਸੀ ਚਾਹੁੰਦੀ। ਮੈਂ ਉਹਨੂੰ ਕਹਿ ਦਿੱਤਾ ਕਿ ਨਹੀਂ, ਸੰਤ ਜੀ ਸ਼ਹੀਦ ਨਹੀਂ ਹੋਏ। ਉਸ ਬੱਚੀ ਦੇ ਬੋਲਾਂ ਨੇ ਅੰਦਰ ਨੂੰ ਝੰਝੋੜਿਆ, ਅੰਦਰ ਦੀ ਖਲਬਲੀ ਨੂੰ ਹੋਰ ਤੇਜ਼ ਕਰ ਦਿੱਤਾ, ਕਹਿ ਦਿੱਤਾ ਕਿ ਨਹੀਂ ਪੁੱਤਰ, ਸੰਤ ਜੀ ਸ਼ਹੀਦ ਨਹੀਂ ਹੋਏ। ਬੱਚੀ ਦੇ ਮਨ ਵਿੱਚ ਭਾਵਨਾ ਵੇਖੋ ਕਿੰਨੀ ਵੱਡੀ ਹੈ। ਗੁਰਮੁਖੋ, ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਦਾ ਕਿ ਬਾਬਾ ਜਰਨੈਲ ਸਿੰਘ ਜੀ ਦੇ ਪੋਸਟਰ ਪਾੜਨ ਦੀ ਜਿਹੜੀ ਗੱਲ ਕਰਦੇ ਨੇ, ਬਾਬਾ ਜਰਨੈਲ ਸਿੰਘ ਜੀ ਦਾ ਪੁਤਲਾ ਫੂਕਣ ਦੀ ਜਿਹੜੀ ਗੱਲ ਕਰਦੇ ਨੇ, ਉਹ ਕਦੇ ਭਲਿਓ ਯਾਦ ਕਰਿਓ। ਰਮਾਇਣ ਦੀ ਹੋਈ ਬੇਅਦਬੀ ਦੀ, ਬਾਬਾ ਜੀ ਨੇ ਆਪਣੇ ਕੋਲੋਂ ਫੀਸ ਦਿੱਤੀ ਅਤੇ ਵਕੀਲ ਨੂੰ ਕਿਹਾ ਤੈਅ ਤੱਕ ਜਾਓ, ਇਹ ਬੰਦਾ ਬਚਣਾ ਨਹੀਂ ਚਾਹੀਦਾ ਜਿਹਨੇ ਰਮਾਇਣ ਦੀ ਬੇਅਦਬੀ ਕੀਤੀ ਹੈ। ਅਤੇ ਬਾਬਾ ਜਰਨੈਲ ਸਿੰਘ ਜੀ ਨੇ, ਉਹਨਾਂ ਨੇ ਇੱਕ ਗੱਲ ਹਮੇਸ਼ਾ ਕਹੀ ਹੈ, ਧੀ ਚਾਹੇ ਹਿੰਦੂ ਦੀ ਹੈ, ਸਿੱਖ ਦੀ ਹੈ, ਮੁਸਲਮਾਨ ਦੀ, ਕਿਸੇ ਵੀ ਧਰਮ ਦੀ ਹੈ, ਧੀ ਭੈਣ ਸਭ ਦੀ ਸਾਂਝੀ ਹੈ। ਜੇ ਕੋਈ ਬਦਕਲਾਮੀ ਕਰਦਾ
ਵੱਧ ਸਲੂਕੀਆਂ ਕਰਦਾ ਧੀ ਨਾਲ ਭੈਣ ਨਾਲ, ਉਹਨੂੰ ਸੋਧਾ ਲਾ ਕੇ ਆ ਜਾਓ, ਬਚਾਵਾਂਗਾ ਮੈਂ, ਨਹੀਂ ਫਿਰ ਜੇ ਕੁਛ ਨਹੀਂ ਕਰ ਸਕਦੇ ਸਾਡੇ ਕੋਲ ਆ ਜਾਓ, ਦੱਸੋ ਸਹੀ। ਤੁਹਾਡੀ ਧੀ ਭੈਣ ਦੀ ਇੱਜ਼ਤ ਜਿਹੜੀ ਹੈ ਸੇਫ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਹੋ ਜਿਹੀ ਗੱਲ ਅੱਜ ਕੌਣ ਕਹਿ ਦੂਗਾ? ਕਹਿ ਦੂਗਾ ਕੋਈ ਸਾਡੇ ਵਾਲਾ ਬਾਬਾ? ਸਿੰਘੂ ਬਾਰਡਰ 'ਤੇ ਬੇਅਦਬੀ ਹੋਈ, ਸਾਡੇ ਵਾਲੇ ਕਈਆਂ ਨੇ ਉਂਝ ਹੀ ਆਪਣੇ ਮੂੰਹ 'ਚ ਪਾ ਲਏ, ਮੂਹਰੇ ਨਹੀਂ ਆਏ, ਅਤੇ ਕਈ ਕਹਿੰਦੇ ਬੰਦਾ ਮਾਰ ਕੇ ਟੰਗਦਾ ਜੀ ਉੱਥੇ, ਐਂ ਹੋਤਾ ਜੀ, ਮੱਸੇ ਰੰਗੜ ਦਾ ਸਿਰ ਵੱਢਣ ਵਾਲੇ। ਦੱਸੋ ਉਹਨਾਂ ਬਾਰੇ ਕੌਣ ਸੀ? ਉਹ ਕੌਣ ਹੋਏ ਨੇ ਜਵਾਨ? ਦੱਸੋ ਉਹਨਾਂ ਬਾਰੇ, ਉਹਨਾਂ ਬਾਰੇ ਕਿਵੇਂ ਦੱਸਾਂਗੇ? ਅੱਜ ਸਾਡੇ ਬੱਚੇ ਖੂਨ ਤੋਂ ਡਰਨ ਲੱਗ ਗਏ, ਕਿੱਥੇ ਕਿੱਥੇ ਜੇ ਕੁਰਬਾਨੀ ਦੇਣੀ ਪੈ ਗਈ ਕਿੱਥੇ ਖੜ ਜਾਣਗੇ? ਦੱਸੋ ਜੀ, ਅੱਜ ਸਾਡੇ ਬਾਬਿਆਂ ਨੇ ਕੁਛ ਇਹੋ ਜਿਹੇ ਬਿਆਨ ਦਿੱਤੇ, ਮੈਂ ਇੱਥੇ ਨਾਮ ਨਹੀਂ ਲੈਣਾ ਚਾਹੁੰਦਾ, ਪਰ ਤੁਹਾਨੂੰ ਸਾਰਾ ਹੀ ਪਤਾ ਹੀ ਹੈ। ਪਰ ਗੁਰਮੁਖੋ, ਦੱਸਿਆ ਕਰੋ ਬੱਚਿਆਂ ਨੂੰ ਇਤਿਹਾਸ। ਬਾਬਾ ਜਰਨੈਲ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਜਿਸ ਦੇ ਚੱਲਦਿਆਂ ਆਪਾਂ ਉਹਨਾਂ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ ਕਰੀਏ। ਤਾਂ ਗੁਰਮੁਖੋ, ਆਪਾਂ ਇਹ ਸ਼ਹੀਦੀਆਂ ਨੂੰ ਸਿਜਦਾ ਕਰੀਏ। ਇਹ ਸ਼ਹੀਦੀਆਂ ਜਿਹੜੀਆਂ ਨੇ ਗੁਰਮੁਖੋ, ਅਨਮੋਲ ਸ਼ਹੀਦੀਆਂ ਨੇ। ਇਹ ਸ਼ਹੀਦੀਆਂ ਦੇ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਵੀ ਸ਼ਾਮਲ ਨੇ, ਬੀਬੀ ਸਤਨਾਮ ਕੌਰ ਅਤੇ ਬੀਬੀ ਵਾਹਿਗੁਰੂ ਕੌਰ ਮੋਹਰ, ਭਾਈ ਮੋਹਰ ਸਿੰਘ ਦੀਆਂ ਦੋ ਬੇਟੀਆਂ, ਦੋ ਬੱਚੀਆਂ, 5-6 ਕੁ ਸਾਲਾਂ ਦੀ ਉਮਰ ਹੈ। ਉਹ ਬੱਚੀਆਂ ਨੇ ਵੀ ਢਿੱਡ ਨਾਲ ਬੰਬ ਬੰਨ ਕੇ ਟੈਂਕਾਂ ਦਾ ਸਾਹਮਣਾ ਕੀਤਾ। ਉਹਨਾਂ ਬੱਚੀਆਂ ਦੀਆਂ ਸ਼ਹੀਦੀਆਂ ਨੂੰ ਯਾਦ ਕਰੀਏ, ਆਪਣੇ ਬੱਚਿਆਂ ਦੇ ਵਿੱਚ ਉਹ ਸਪਿਰਿਟ ਭਰਨ ਦੀ ਲੋੜ ਹੈ ਸਾਨੂੰ। ਅੱਜ ਇਹਨਾਂ ਗੱਲਾਂ ਨੂੰ ਯਾਦ ਕਰੀਏ ਪਿਆਰਿਓ। ਸਤਿਗੁਰੂ ਮੇਰਾ ਕਰਨ, ਬਾਬਾ ਜਰਨੈਲ ਸਿੰਘ ਜੀ ਸਰਬ ਸਾਂਝੇ ਸੀ, ਕਿਸੇ ਇੱਕ ਦੇ ਨਹੀਂ, ਬਸ ਇਹ ਗੱਲ ਸਮਝ ਆਉਣ ਦੀ ਜ਼ਰੂਰਤ ਹੈ। ਸਤਿਗੁਰੂ ਕਿਰਪਾ ਕਰਨ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।